ਸਾਡੇ ਜ਼ਿਲ੍ਹੇ ਦੇ SSP ਸ਼੍ਰੀਮਤੀ ਰਮਜੀਤ ਕੌਂਡਲ ਜੀ IPS ਦੀ ਯੋਗ ਅਗਵਾਈ ਦਿਸ਼ਾ ਨਿਰਦੇਸ਼ ਦੇ ਤਹਿਤ ਜੁਰਮਾਂ ਨੂੰ ਠੱਲ ਪਾਉਣ ਲਈ ਸਬ ਡਿਵੀਜ਼ਨ ਸਾਡੇ ਸ਼੍ਰੀ ਤੁਸ਼ਾਰ ਗੁਪਤਾ ASP ਸਾਹਿਬ ਗੜ੍ਹ ਸੈਂਟਰ ਉਹਨਾਂ ਦੀ ਰਹਿਨਮਾਈ ਸਾਡੇ ਜੁਰਮਾਂ ਦੇ ਖਿਲਾਫ ਠੱਲ ਪਾਉਣ ਲਈ SI ਮਨਜੀਤ ਸਿੰਘ ਜਿਹੜੇ ਸਾਡੇ ਅਡੀਸ਼ਨਲ ਸਾਹਿਬ ਕਮਿਸ਼ਨਰ ਨੇ SHO ਅਡੀਸ਼ਨਲ SHO ਉਹਨਾਂ ਨੇ ਬੰਗਾ ਚੌਂਕ ਦੇ ਵਿੱਚ ਨਾਕਾ ਲਾਇਆ ਸੀ। ਉਹਨਾਂ ਨੂੰ ਸੀਕਰਟ ਇਨਫੋਰਮੇਸ਼ਨ ਮਿਲੀ ਕਿ ਦੋ ਬੰਦੇ ਜਿਹੜੇ ਇੱਕ ਸਰਬਜੀਤ ਸਿੰਘ ਸਾਹਿਬਾ ਪੁੱਤਰ ਅਮਰਤੇਜ ਵਾਸੀ ਮੌਲਾ ਬਾਧਪੁਰ ਅਤੇ ਦੂਜਾ ਹੈਗਾ ਅਮਰਜੀਤ ਸਿੰਘ ਸੋਨੂ ਪੁੱਤਰ ਪੂਰਨ ਸਿੰਘ ਵਾਸੀ ਅਕਾਲਗੜ੍ਹ ਇਹ ਜਿਹੜੇ ਚੋਰੀ ਦੇ ਮੋਟਰਸਾਈਕਲ ਲਿਆ ਕੇ ਵੇਚਦੇ ਆ ਅਤੇ ਨਾਲ ਨਸ਼ੀਲੇ ਪਦਾਰਥਾਂ ਦਾ ਜਿਹੜਾ ਧੰਦਾ ਕਰਦੇ ਅਤੇ ਇਹ ਇਸ ਵੇਲੇ ਆਪਣੇ ਪਿੰਡਾਂ ਨੂੰ ਗੜ੍ਹ ਸੈਂਟਰ ਨੂੰ ਆ ਰਹੇ ਆ ਅਤੇ ਜਿਸ ਦੇ ਸਾਡੇ ਸਬ ਇੰਸਪੈਕਟਰ ਸਾਹਿਬ ਨੇ ਬੋਲਨੇਰ ਬੰਗਾ 'ਤੇ ਬੰਗਾ ਰੋਡ ਜਿਹੜਾ ਨਾਕਾ ਲਾਇਆ ਅਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਅਤੇ ਇਹਨਾਂ ਕੋਲ 22 ਤਰ੍ਹਾਂ ਦੇ ਟੀਕੇ ਜਿਹੜੇ ਨਸ਼ੀਲੇ ਨੇ ਕੁੱਲ 24 ਟੀਕੇ ਜਿਹੜੇ ਉਹ ਬਰਾਮਦ ਕੀਤੇ ਜੀ ਅਤੇ ਇਹਨਾਂ ਦੇ ਖਿਲਾਫ਼ ਕਦਮਾਂ ਨੰਬਰ 130 ਮਿਤੀ 23/8/21 ਅੰਡਰ ਸੈਕਸ਼ਨ 22-85 ਅਤੇ 379 APC ਦਾ ਦਰਜ ਕੀਤਾ। ਫਿਰ ਇਹਨਾਂ ਨੂੰ ਅਸੀਂ ਰਿਮਾਂਡ 2 ਦਿਨ ਦਾ ਰਿਮਾਂਡ 'ਤੇ ਰਿਮਾਂਡ ਦੇ ਉੱਤੇ ਇਹਨਾਂ ਕੋਲੋਂ 4 ਮੋਟਰਸਾਈਕਲ ਹੋਰ ਜਿਹੜੇ ਚੋਰੀ ਦਾ ਬਰਾਮਦ ਕੀਤੇ ਅਤੇ ਹਜੇ ਰਿਮਾਂਡ 'ਤੇ ਚੱਲ ਰਹੇ ਆ ਜੇ ਹੋਰ ਵੀ ਪੁੱਛਗਿੱਛ ਜਿਹੜੀ ਜਾਰੀ ਹੈ ਉਮੀਦ ਹੈ ਵੀ ਹੋਰ ਵੀ ਇਹਨਾਂ ਕੋਲ ਰਿਕਵਰੀ